ਪਹਿਲਾਂ ਉਦੋਂ ਪਹਿਲਾਂ ਪਲਾਂਟ ਬੇਸਡ ਮੈਡੀਸਨਸ ਹੁੰਦੀਆਂ ਸੀਗੀਆਂ ਪੀਆਂ, ਉਹ ਤੋਂ ਬਾਅਦ ਇਹਨਾਂ ਨੇ ਸਿੰਥੈਟਿਕ ਡਰੱਗ ਲਾਂਚ ਕੀਤੇ। ਉਸ ਟਾਈਮ ਹੀ ਹੈਰੋਇਨ, ਐਸਪ੍ਰਿਨ ਆਈਆਂ ਦਵਾਈਆਂ ਜਿਹੜੀਆਂ ਡਰੱਗ ਸੀਗੀਆਂ ਉਹ ਲਾਂਚ ਕੀਤੀਆਂ। ਉਹ ਤੋਂ ਪਹਿਲਾਂ ਕਿਤੇ ਲੋਕ ਬਿਮਾਰ ਨਹੀਂ ਹੁੰਦੇ। ਜਿਹੜਾ ਇੰਡੀਅਨ ਆਯੁਰਵੈਦਾ ਸਿਸਟਮ ਆ, ਇਹ ਹਜ਼ਾਰਾਂ ਸਾਲ ਤੋਂ ਚੱਲੇ ਆ ਰਿਹਾ। ਉਹ ਸਿਸਟਮ ਜਦੋਂ ਇਹਨਾਂ ਨੇ ਸਿਸਟਮ ਚੇਂਜ ਕਰਨਾ, ਅਗਲਾ ਕਹਿੰਦਾ ਵੀ ਇਹ ਦਵਾਈਆਂ ਤੁਹਾਡੀਆਂ ਮਾੜੀਆਂ ਜੀ ਸਾਡੀਆਂ ਬੁਰੀਆਂ। ਪਹਿਲਾਂ ਤਾਂ ਉਹਨਾਂ ਨੇ ਸਿਰਫ ਇਕੱਲੀਆਂ ਦਵਾਈਆਂ ਲਾਂਚ ਕੀਤੀਆਂ। ਜਦੋਂ ਦਵਾਈਆਂ ਉਸ ਲੈਵਲ 'ਤੇ ਨਹੀਂ ਵਿਕੀਆਂ, ਫਿਰ ਉਹਨਾਂ ਨੇ ਕਿਹਾ ਵੀ ਯਾਰ ਆਪਾਂ ਇਹਨੂੰ ਜਿਹੜੀਆਂ ਪਲਾਂਟ ਬੇਸਡ ਡਰੱਗ ਨੇ, ਜਿਵੇਂ ਹੁਣ ਪੀਣ ਤੋਂ ਬਣਦੀਆਂ ਨੇ, ਜਿਵੇਂ ਉਹਨੂੰ ਬਾਕੀ ਚੀਜ਼ਾਂ ਤੋਂ ਬਣਦੀਆਂ ਸੀਗੀਆਂ, ਉਹ ਜਿਵੇਂ ਭੰਗ ਤੋਂ ਵੀ ਬਹੁਤ ਦਵਾਈਆਂ ਬਣਦੀਆਂ ਸੀ, ਵੀ ਇਹਨਾਂ ਨੂੰ ਬੰਦ ਕਰਾਓ। ਓਕੇ, ਸਤਿ ਸ਼੍ਰੀ ਅਕਾਲ ਜੀ। ਜਿਵੇਂ ਮੈਂ ਗੱਲ ਕਰਦਾ ਸੀਗਾ ਵੀ ਸਟੋਕ ਮਾਰਕੀਟ ਅੱਜ ਕੱਲ੍ਹ ਕਾਫ਼ੀ ਆਪਣੇ ਐਕਟਿਵ ਨੇ ਬੰਦੇ, ਵਧੀਆ ਗੱਲ ਆ, ਵੈਰੀ ਗੁੱਡ। ਅਤੇ ਸਟੋਕ ਮਾਰਕੀਟ ਦੀ ਜਦੋਂ ਸਟੋਕ ਜਿਹੜਾ ਮੋਨੀਟਰੀ ਸਿਸਟਮ ਆ, ਇਹਦੇ ਰਿਲੇਟਡ ਆਪਾਂ ਅਸੀਂ ਪੋਡਕਾਸਟ ਆਪਾਂ ਕਰਾਂਗੇ ਬਾਅਦ 'ਚ ਕਰਾਂਗੇ। ਮੋਨੀਟਰੀ ਸਿਸਟਮ ਜਿਹੜਾ ਮਨੀ ਪੈਸਾ ਆ, ਪੇਪਰ ਆ, ਇਹਦਾ ਕੀ ਗੇਮ ਕੀ ਆ, ਇਹਦੇ ਬਿਹਾਈਂਡ ਕੀ ਥਾਟ ਨਾ, ਕੀ ਗੇਮ ਆ, ਕੀ ਸਾਰਾ ਕੁਛ ਆ। ਐਨੀ ਹੁਣ ਆਪਾਂ ਡਰੱਗ 'ਤੇ ਫੋਕਸ ਕਰਦੇ ਹਾਂ ਪਹਿਲਾਂ, ਵਨ ਥਿੰਗ ਐਟ ਅ ਟਾਈਮ। 1893 'ਚ ਸਟੋਕ ਮਾਰਕੀਟ ਕ੍ਰੈਸ਼ ਹੋਇਆ ਸੀ। ਜਦੋਂ ਸਟੋਕ ਮਾਰਕੀਟ ਕ੍ਰੈਸ਼ ਹੁੰਦਾ, ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਕੀ ਕਰਦੀਆਂ ਨੇ, ਉਹ ਤੁਹਾਨੂੰ ਸਟੋਕ ਆਪਸ਼ਨਸ ਦਿੰਦੀਆਂ ਨੇ। ਉਹ ਜਿਹੜਾ ਜਿਹੜਾ ਇੱਕ ਤਾਂ ਅਸਲੀ ਪ੍ਰੋਡਕਟ ਆ, ਮੰਨ ਲਓ ਬੰਦਾ ਦੁੱਧ ਵੇਚਦਾ, ਉਹਨੂੰ ਦੁੱਧ ਵੇਚਿਆ ਨੂੰ ਪੈਸੇ ਆ ਗਏ, ਠੀਕ ਹੈ, ਸਿੱਧਾ ਸਾ, ਮੈਂ ਤੈਨੂੰ ਭਾਈ ਦੁੱਧ ਵੇਚਿਆ ਜਾਂ ਮੈਂ ਤੈਨੂੰ ਆਪਦੀ ਫਸਲ ਵੇਚੀ ਤਾਂ ਮੈਨੂੰ ਪੈਸੇ ਦਿੱਤੇ, ਦੈਟਸ ਇਟ। ਜਿਹੜੀ ਹੁਣ ਸਟੋਕ ਮਾਰਕੀਟ ਆ, ਜਿਹੜੇ ਹੁਣ ਕਈ ਲੋਕਾਂ ਨੂੰ ਨਹੀਂ ਪਤਾ ਵੀ ਸਟੋਕ, ਉਹ ਅਗਲਾ ਕਹਿੰਦਾ ਵੀ ਜੀ ਮੇਰੇ ਕੋਲ ਫਸਲ ਆ, ਉਹ ਫਸਲ ਦੀ ਇੰਨਾ ਪ੍ਰੋਫਿਟ ਆ, ਉਹਦੇ 'ਚ ਸ਼ੇਅਰ ਹੋਲਡਰ ਆ ਗਏ, ਸ਼ੇਅਰ ਹੋਲਡਰ ਤੋਂ ਵੀ ਜੀ ਇੰਨਾ ਆਪਾਂ ਨੂੰ ਇੰਨਾ ਪ੍ਰੋਫਿਟ ਲੋਸ ਆਇਆ, ਉਹਦੇ 'ਚ ਅੱਗੇ ਉਹਦੇ 'ਚ ਅੱਗੇ ਉਹਨਾਂ ਨੇ ਬੰਦੇ ਰੱਖੇ ਹੋਏ ਆ ਵੀ ਇੰਨੇ ਸ਼ੇਅਰ ਹੋਲਡਰਾਂ ਨੇ ਵੀ ਆਹ ਭਈਆ ਸਾਡਾ, ਇਹ ਸਾਨੂੰ ਕੰਮ ਕਰੂਗਾ, ਇੰਨੀ ਇਹਦੀ ਇੰਨੀ ਤਨਖਾਹ ਆ, ਜਾਣੀ ਇੱਕ ਪ੍ਰੋਪਰ ਸਿਸਟਮੈਟਿਕ ਤਰੀਕੇ ਨਾਲ ਆ ਉਹ, ਇੰਨੀ ਛੇਤੀ ਆਪਾਂ ਉਹ ਅੱਡ ਇੱਕ ਐਪੀਸੋਡ ਕਰ ਲਵਾਂਗੇ ਆਪਾਂ ਐਕਸਪਲੇਨ ਕਰਨ ਲਈ। ਅਤੇ ਜਦੋਂ ਸਟੋਕ ਮਾਰਕੀਟ ਦਾ ਕ੍ਰੈਸ਼ ਹੋਇਆ, ਉਹ ਤੋਂ ਬਾਅਦ ਕੀ ਹੁੰਦਾ, ਜੋਬ ਲੋਸ ਹੁੰਦੀਆਂ ਆ। ਜੋਬ ਲੋਸ ਕਿਆ ਹੁੰਦੀਆਂ, ਵੀ ਕੰਪਨੀਆਂ ਸਾਨੂੰ ਲੋੜ ਨਹੀਂ ਕਿਉਂਕਿ ਸਾਨੂੰ ਪੈਸੇ ਨਹੀਂ ਬਣ ਰਹੇ, ਅਤੇ ਸਾਨੂੰ ਜਿਹੜੇ ਬੰਦੇ ਆ, ਕਿਉਂਕਿ ਉਹਨਾਂ ਦੀ ਇੱਕ ਤਾਂ ਲੋੜ ਘੱਟ ਗਈ ਅਤੇ ਉਹਨਾਂ ਦੀ ਸੇਲ ਘੱਟ ਗਈ, ਅਤੇ ਉਹਨਾਂ ਦਾ ਬੰਦੇ ਉਹਨਾਂ ਕੋਲ ਐਕਸਟਰਾ ਹੋ ਗਏ, ਅਤੇ ਫਿਰ ਉਹ ਉਹਨਾਂ ਨੂੰ ਲੇ ਆਫ ਕਰ ਦਿੰਦੇ ਨੇ, ਲੇ ਆਫ ਵੀ ਉਹਨਾਂ ਨੂੰ ਕੰਪਨੀ ਤੋਂ ਕੱਢ ਦਿੰਦੇ ਨੇ। ਤਾਂ ਫਿਰ ਨੌਕਰੀਆਂ ਕ੍ਰੀਏਟ ਕਰਨ ਦਾ ਜਿਹੜਾ ਸਿਸਟਮ ਆ, ਫਿਰ ਜਿਹੜੇ ਜਿਵੇਂ ਮੈਂ ਤੁਹਾਨੂੰ ਕਹਿਣਾ ਸੀ ਵੀ ਅਮੀਰ ਲੋਕ ਆਲਵੇਜ਼, ਹਰ ਜਿਹੜਾ ਕੰਟਰੀ 'ਚ ਕਿਸੇ ਵੀ ਜਗ੍ਹਾ ਮਾੜਾ ਹੁੰਦਾ, ਅਤੇ ਉਹਨਾਂ ਨੂੰ ਇਹ ਅਪਰ ਐਜ਼ ਅਪਰਚੁਨਿਟੀ ਯੂਜ਼ ਕਰਦੇ ਨੇ, ਆਲਵੇਜ਼ ਹੁੰਦਾ ਆ। 1893 ਦੀ ਸਟੋਕ ਮਾਰਕੀਟ ਦੀ ਕ੍ਰੈਸ਼ ਤੋਂ ਬਾਅਦ ਵੀ, ਪਹਿਲਾਂ ਉਦੋਂ ਪਹਿਲਾਂ ਪਲਾਂਟ ਬੇਸਡ ਮੈਡੀਸਨਸ ਹੁੰਦੀਆਂ ਸੀਗੀਆਂ, ਪਲਾਂਟ ਬੇਸਡ ਜਿਵੇਂ ਆਪਣਾ ਔਲੇ ਤੋਂ ਕਈ ਦਵਾਈਆਂ ਬਣਦੀਆਂ ਨੇ, ਜਿੱਦਾਂ ਉਹ ਜਿਹਤੋਂ ਹੁਣ ਗ੍ਰੀਨ ਟੀ, ਤੁਲਸੀ ਆ, ਜਿਵੇਂ ਹੁਣ ਤੁਲਸੀ ਤੋਂ ਬਹੁਤ ਦਵਾਈਆਂ ਬਣਦੀਆਂ ਨੇ, ਪਲਾਂਟ ਬੇਸਡ ਡਰੱਗ ਸੀਗੀਆਂ। ਉਹ ਤੋਂ ਬਾਅਦ ਇਹਨਾਂ ਨੇ ਸਿੰਥੈਟਿਕ ਡਰੱਗ ਲਾਂਚ ਕੀਤੀਆਂ। ਉਸ ਟਾਈਮ ਹੀ ਹੈਰੋਇਨ, ਐਸਪ੍ਰਿਨ ਆਈਆਂ ਦਵਾਈਆਂ ਜਿਹੜੀਆਂ ਡਰੱਗ ਸੀਗੀਆਂ ਉਹ ਲਾਂਚ ਕੀਤੀਆਂ। ਉਹ ਤੋਂ ਪਹਿਲਾਂ ਕਿਤੇ ਲੋਕ ਬਿਮਾਰ ਨਹੀਂ ਸੀ ਹੁੰਦੇ। ਜਿਹੜਾ ਇੰਡੀਅਨ ਆਯੁਰਵੈਦਾ ਸਿਸਟਮ ਆ, ਇਹ ਹਜ਼ਾਰਾਂ ਸਾਲ ਤੋਂ ਚੱਲੇ ਆ ਰਿਹਾ। ਉਹ ਸਿਸਟਮ ਜਦੋਂ ਇਹਨਾਂ ਨੇ ਸਿਸਟਮ ਚੇਂਜ ਕਰਨਾ, ਅਗਲਾ ਕਹਿੰਦਾ ਵੀ ਇਹ ਦਵਾਈਆਂ ਤੁਹਾਡੀਆਂ ਮਾੜੀਆਂ ਜੀ ਸਾਡੀਆਂ ਵਧੀਆਂ ਨੇ। ਆਪਦੀਆਂ ਦਵਾਈਆਂ ਲਾਂਚ ਕਰਨ ਲਈ ਆਪਦੇ ਸਾਰੇ ਜਿਹੜੇ ਆਪ, ਕਿਉਂਕਿ ਦੇਖੋ ਗੇਮ ਚੇਂਜ ਹੋ ਗਈ ਨਾ। ਜਿਹੜਾ ਹੁਣ ਆਯੁਰਵੇਦ ਵਾਲਾ ਡਾਕਟਰ ਸੀਗਾ, ਉਹ ਬੰਦਾ ਗਿਆ ਵੀ ਇਹ ਦਵਾਈ ਨਾਲ ਤਾਂ ਅਸਰ ਨਹੀਂ ਹੁੰਦਾ। ਹੁਣ ਉਹਦੇ 'ਚ ਜਿਹੜੀਆਂ ਇਹਨਾਂ ਨੇ ਦਵਾਈਆਂ ਲਾਂਚ ਕੀਤੀਆਂ ਸਿੰਥੈਟਿਕ ਮੈਡੀਸਨ, ਉਹਦੇ 'ਚ ਹੁਣ ਜਿਵੇਂ ਇਹਨਾਂ ਨੇ ਕਿਹਾ ਡੇਵਿਡ ਮੈਲਮੋਲਵੀਨ ਨੇ ਵੀ ਉਹ 'ਚ ਐਸਪ੍ਰਿਨ ਸੀਗੀ, ਉਹੀ ਟਾਈਮ ਅਰਾਊਂਡ ਹੈਰੋਇਨ ਲਾਂਚ ਕੀਤੀ ਉਸ ਡੈਕੇਡ ਦੇ, ਉਹ 10 ਸਾਲਾਂ ਦੇ ਵਿੱਚ। ਤਾਂ ਇਸ ਜਦੋਂ ਈਵਨ ਜਦੋਂ ਹੁਣ ਫੀਮ ਆ, ਫੀਮ ਕੀ ਆ, ਪਲਾਂਟ ਬੇਸਡ ਡਰੱਗ ਆ, ਪਲਾਂਟ ਬੇਸਡ ਡਰੱਗ ਆ, ਉਗਾਈ ਜਾਂਦੀ ਆ, ਉਹਦਾ ਫੁੱਲ ਹੁੰਦਾ, ਫੁੱਲ ਨੂੰ ਚੀਰਾ ਲੱਗਦਾ, ਬਾਕੀ ਚਲੋ ਬਾਕੀ ਤਕਰੀਬਨ ਸਾਰਿਆਂ ਨੂੰ ਪਤਾ ਵੀ ਫੀਮ ਬਣਦੀ ਕਿਵੇਂ ਆ, ਠੀਕ ਆ, ਅਤੇ ਉਹ ਤੋਂ ਦਵਾਈਆਂ ਕਿਵੇਂ ਬਣਦੀਆਂ ਨੇ ਅੱਗੇ। ਉਹ ਇਹਨਾਂ ਨੇ
ਕਿਉਂਕਿ ਠੀਕ ਹੈ ਇਹਨਾਂ ਨੇ ਆਪਦੀਆਂ ਲਾਂਚ ਕਰਤੀਆਂ, ਪਰ ਜਿਹੜੇ ਕਈ ਲੋਕ ਹੁੰਦੇ ਅਗਲਾ ਕਹਿੰਦਾ ਯਾਰ ਮੇਰਾ ਇਹ ਦਵਾਈ ਮੈਨੂੰ ਠੀਕ ਕਰਦੀ ਹੈ, ਮੈਂ ਤੁਹਾਡੇ ਵਾਲੀ ਦਵਾਈ ਕਿਉਂ ਲਵਾਂ। ਅਗੇਨ ਗੱਲ ਉੱਥੇ ਆ ਗਈ ਉਹਨੂੰ ਇਲੀਗਲ ਕਰਾਉਣ ਲਈ ਫਿਰ ਸਾਰੀ ਗੇਮ ਜਿਹੜੀ ਬਾਅਦ 'ਚ ਚੱਲੀ। ਪਹਿਲਾਂ ਤਾਂ ਉਹਨਾਂ ਨੇ ਸਿਰਫ ਇਕੱਲੀਆਂ ਦਵਾਈਆਂ ਲਾਂਚ ਕੀਤੀਆਂ, ਜਦੋਂ ਦਵਾਈਆਂ ਉਸ ਲੈਵਲ 'ਤੇ ਨਹੀਂ ਵਿਕੀਆਂ ਫਿਰ ਉਹਨਾਂ ਨੇ ਕਿਹਾ ਵੀ ਯਾਰ ਆਪਾਂ ਇਹਨੂੰ ਜਿਹੜੀਆਂ ਪਲਾਂਟ ਬੇਸਡ ਡਰੱਗ ਨੇ, ਜਿਵੇਂ ਹੁਣ ਫੀਮ ਤੋਂ ਬਣਦੀਆਂ ਨੇ, ਜਿਵੇਂ ਹੁਣ ਬਾਕੀ ਚੀਜ਼ਾਂ ਤੋਂ ਬਣਦੀਆਂ ਸੀਗੀਆਂ, ਉਹ ਜਿਵੇਂ ਭੰਗ ਤੋਂ ਵੀ ਬਹੁਤ ਦਵਾਈਆਂ ਬਣਦੀਆਂ ਸੀ, ਵੀ ਇਹਨਾਂ ਨੂੰ ਬੰਦ ਕਰਾਓ। ਅਤੇ ਔਲੇ ਵਾਲੀਆਂ, ਤੁਲਸੀ ਵਾਲੀਆਂ, ਉਹ ਕਿਉਂਕਿ ਉਹ ਬਹੁਤ ਸਲੋਲੀ ਅਸਰ ਕਰਦੀਆਂ ਨੇ ਦਿਮਾਗ 'ਤੇ, ਉਹ ਪੇਨ ਕਿਲਰ ਨਹੀਂ ਹੈਗੀਆਂ, ਉਹਨਾਂ 'ਚ ਮੋਰਫਿਨ ਨਹੀਂ ਹੈਗੀ। ਅਫੀਮ 'ਚ ਮੋਰਫਿਨ ਪੇਨ ਕਿਲ ਕਰ ਦਿੰਦੀ ਹੈ, ਵੀ ਤੁਹਾਨੂੰ ਉਹਨਾਂ ਦਰਦ ਨਹੀਂ ਮਹਿਸੂਸ ਹੁੰਦਾ। ਤਾਂ ਹੀ ਇਹ ਪਹਿਲਾਂ ਫੀਮ 'ਤੇ ਇਹੋ ਜਿਹੀਆਂ ਚੀਜ਼ਾਂ ਦੇ ਦੁਆਲੇ ਦੁਆਰਾ ਹੋਵੇ, ਵੀ ਲੋਕਾਂ ਨੂੰ ਜਿਹੜਾ ਦਰਦ ਆ ਉਹ ਜਦੋਂ ਤੁਸੀਂ ਔਲੇ ਨਾਲ ਤੁਲਸੀ ਨਾਲ ਉਹਨਾਂ 'ਚ ਮੋਰਫਿਨ ਨਾ ਹੋਣ ਕਰਕੇ ਅਗਲਾ ਕਹਿੰਦਾ ਯਾਰ ਮੇਰਾ ਦਰਦ ਤਾਂ ਹਟਿਆ ਨਹੀਂ, ਮੈਂ ਇਹ ਦਵਾਈ ਦਾ ਕੀ ਫਾਇਦਾ। ਉਹਦੇ ਨਾਲ ਟੈਕਨੀਕਲੀ ਫਰਕ ਪੈਂਦਾ ਮਾਇੰਡ 'ਤੇ, ਤਾਂ ਉਹਨਾਂ ਨੇ ਇਹ ਉੱਧਰਲੇ ਪਾਸੇ ਨਹੀਂ ਗਏ। ਅਤੇ ਜੇ ਇਹਨਾਂ ਦਾ ਬੱਸ ਚੱਲਦਾ ਇਹਨਾਂ ਨੇ ਉਹ ਵੀ ਲੀਗਲ ਡਿਕਲੇਅਰ ਕਰਾ ਦੇਣੀਆਂ ਸੀਗੀਆਂ। It was laziness, I would say, primarily, and looking down upon people of India. I think initially in Britain, in the India, it was about white supremacy and control of people. ਅਤੇ ਇਸ ਕਰਕੇ ਪਹਿਲੇ ਐਪੀਸੋਡ 'ਚ ਅਸੀਂ ਇਹੀ ਡਿਸਕਸ ਕੀਤਾ ਵੀ ਜਿਹੜਾ ਮਾਇੰਡ ਸੈੱਟ, ਥੋਟ ਪ੍ਰੋਸੈਸ ਕੀ ਆ ਇਸ ਚੀਜ਼ ਕਰਨ ਦਾ। ਕਿਉਂਕਿ ਕੋਈ ਵੀ ਚੀਜ਼ ਆ ਇਹ ਤਾਂ ਹੈਗਾ ਨਹੀਂ ਵੀ ਇੱਕਦਮ ਉੱਤਰ ਗਈ ਵੀ ਹਾਂ ਠੀਕ ਆ ਫਟਾਫਟ ਕਰਤੀ। ਉਹਦੇ ਪਿੱਛੇ ਪ੍ਰੋਪਰ ਪਲੈਨਿੰਗ ਹੁੰਦੀ ਆ, ਉਸ ਲੈਵਲ ਉਸ ਲੱਖਾਂ ਹਜ਼ਾਰਾਂ ਕਰੋੜਾਂ ਅਰਬਾਂ ਕਹਿ ਲਓ ਰੁਪਈਆ ਲੱਗਦਾ ਆ, ਅਤੇ ਜੇ ਆਪਾਂ ਡਾਲਰ ਵੈਲਿਊ 'ਚ ਦੇਖੀਏ ਤਾਂ ਮਿਲੀਅਨਸ ਔਰ ਈਵਨ ਅੱਜ ਦੀ ਘੜੀ 'ਚ ਬਿਲੀਅਨਸ ਆਫ ਡਾਲਰ ਲੱਗਦਾ ਆ ਉਸ ਪੁਰਾਣੀ ਚੀਜ਼ ਨੂੰ ਖਤਮ ਕਰਨ ਲਈ ਅਤੇ ਨਵੀਂ ਚੀਜ਼ ਲਾਂਚ ਕਰਨ ਲਈ। ਅਤੇ ਨਵੀਂ ਚੀਜ਼ ਜਿਹੜੀ ਲਾਂਚ ਹੋਊਗੀ, ਜਿਵੇਂ ਪਹਿਲਾਂ ਕਹਿ ਕੇ ਹਟਿਆ, ਨਵੀਂ ਲਈ 'ਚ ਇਹਨਾਂ ਦੇ ਆਪਦੇ ਬੰਦੇ ਲਾਂਚ ਕਰਨਗੇ, ਜਾਂ ਜਿਹੜੇ ਬਿਊਰੋਕਰੈਟਸ ਨੇ, ਜਿਵੇਂ ਹੁਣ ਮੈਂ ਟੋਰਾਂਟੋ ਪੁਲਿਸ ਚੀਫ ਦੀ ਗੱਲ ਕੀਤੀ, ਈਵਨ ਵੈਨਕੂਵਰ ਦੇ ਵੀ ਕਈ ਜਿਹੜੇ ਪੁਲਿਸ ਵਾਲੇ ਸੀਗੇ, ਉਹ ਅਸੀਂ ਇੱਕ ਲਿਸਟ ਹੀ ਕੱਢਾਂਗੇ ਵੀ ਕਿਹੜੇ ਕਿਹੜੇ ਪੁਲਿਸ ਵਾਲਿਆਂ ਨੇ ਜਦੋਂ ਪਹਿਲਾਂ ਭੰਗ ਦੇ ਖਿਲਾਫ਼ ਸੀ, ਜਦੋਂ ਲੀਗਲ ਹੋ ਗਈ ਤਾਂ ਆਪਣੀਆਂ ਕੰਪਨੀਆਂ ਸ਼ੁਰੂ ਕੀਤੀਆਂ, ਉਹ ਅੱਜ ਦੀ ਘੜੀ 'ਚ 100 ਸਾਲ ਬਾਅਦ ਦੀ ਗੱਲ ਕਰਦੇ ਹਾਂ, ਬਸ ਆਪਾਂ 100 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ। ਉਦੋਂ ਇਹਨਾਂ ਨੇ ਅਮੀਰ ਲੋਕਾਂ ਨੇ ਕਿਵੇਂ ਇਸ ਚੀਜ਼ ਨੂੰ manipulate kita avdiyan drugs launch karne layi. You could patent something that you invented. Yeah. But for a while anyway, you could not patent anything you discovered. Yeah. So their interest was to make as much money as they could. Patent ki hunda ya, jivein hun patent hunda vi tusi koi cheez invent kiti, yaar aa main banayi ya, eh mera patent aa, jivein hun copyright ho gaya, ਤਾਂ ਉਹ ਕੋਈ ਤੁਹਾਡੀ ਚੀਜ਼ ਚੋਰੀ ਨਹੀਂ ਕਰ ਸਕਦਾ। ਪੈਟੈਂਟ ਨੂੰ ਇਹਦੇ ਇਹ 'ਚ ਵੀ ਹਰ ਚੀਜ਼ ਨਾ ਬਹੁਤ ਜ਼ਿਆਦਾ ਡਿਟੇਲਡ ਅਤੇ ਟੈਕਨੀਕਲ ਆ। ਪੈਟੈਂਟ ਕਿਹੜੀ ਚੀਜ਼ ਹੋ ਸਕਦੀ ਹੈ? ਜਿਹੜੀ ਚੀਜ਼ ਤੁਸੀਂ ਇਨਵੈਂਟ ਕੀਤੀ ਹੈ, ਡਿਸਕਵਰ ਨਹੀਂ ਕੀਤੀ। ਹੁਣ ਜਿਵੇਂ ਡੇਵਿਡ ਨੇ ਕਿਹਾ ਵੀ ਤੁਸੀਂ ਪੈਟੈਂਟ, ਇਹਨਾਂ ਨੇ ਫਿਰ ਮੈਡੀਸਨ ਇਨਵੈਂਸ਼ਨ 'ਚ ਦਿਖਾਈ ਵੀ ਦੇਖੋ ਜੀ ਅਸੀਂ ਐਸਪਰਿਨ ਇਨਵੈਂਟ ਕੀਤੀ, ਉਹ ਐਸਪਰਿਨ ਨਹੀਂ ਤਾਂ ਉਹੀ ਹੈਗਾ ਤਾਂ ਉਹੀ ਦਵਾਈ ਹੈ, ਸਾਲਟ ਉਹੀ ਆ, ਅਗਲਾ ਐਸਪਰਿਨ ਕੱਲ੍ਹ ਨੂੰ ਆਪਾਂ ਅਸੀਂ ਕਹਿ ਲਈ ਵੀ ਅੱਛਾ ਇਹ 'ਚ ਹੈ ਕੀ ਦਵਾਈ 'ਚ, ਮੈਂ ਬਣਾ ਲੈਂਦਾ, ਮੈਂ ਐਸਪਰਿਨ 2 ਰੱਖ ਦਿੰਦਾ, ਐਸਪਰਿਨ 3 ਕਰ ਦਿੰਦਾ, ਮੈਂ ਆਈ ਦੀ ਜਗ੍ਹਾ ਏ ਪਾ ਦਿੰਦਾ, ਐਸਪਰੀਨਾ ਕਰ ਦਿੰਦਾ ਆ। ਪਰ ਉਹਦਾ ਜਿਹੜਾ ਮੇਨ ਸਾਲਟ ਆ, ਜਿਹੜਾ ਜਿਹੜਾ ਦਵਾਈ 'ਚ ਪੈਂਦਾ ਇਨਗਰੀਡੀਐਂਟ, ਉਹ ਪੈਟੈਂਟ ਕਰਾਉਣਾ ਪੈਂਦਾ, ਉਹ ਤੁਸੀਂ ਕਾਪੀ ਨਹੀਂ ਕਰ ਸਕਦੇ। ਫਿਰ ਉਹ ਪੈਟੈਂਟ, ਕਿਉਂਕਿ ਦਵਾਈਆਂ ਫੀਮ ਆਲਰੇਡੀ ਸੀਗੀ ਅਤੇ ਉਹ 'ਚ ਦਵਾਈਆਂ ਆਲਰੇਡੀ ਬਣਦੀਆਂ ਸੀ, ਅਤੇ ਉਹ 'ਚ ਪੈਟੈਂਟ ਕਰਾ ਨਹੀਂ ਸਕਦੇ ਸੀ, ਉਹ 'ਚ ਕੰਪੀਟੀਸ਼ਨ ਬਹੁਤ ਜ਼ਿਆਦਾ ਸੀ, ਕੋਈ ਵੀ ਬੰਦਾ ਆਪਦੀ ਦਵਾਈ ਬਣਾ ਸਕਦਾ ਸੀਗਾ। ਅਤੇ ਤਾਂ ਹੀ ਇਹਨਾਂ ਨੇ ਫਿਰ ਉਦੋਂ ਸਿੰਥੈਟਿਕ ਮੈਡੀਸਨ ਆਪਦੀਆਂ ਲਾਂਚ ਕੀਤੀਆਂ, ਅਤੇ ਉਹ ਫਿਰ ਪੈਟੈਂਟ ਕੀਤੀਆਂ ਤਾਂ ਕਿ ਜੋ ਕੰਪੀਟੀਸ਼ਨ ਨਾ ਖੜਾ ਹੋਵੇ ਸਾਡੇ ਬਰਾਬਰ। ਓਕੇ, ਅਤੇ ਇਹਦੇ 'ਚ ਜਿਵੇਂ ਅਸੀਂ ਸਾਨੂੰ ਇਹਦੇ 'ਚ ਵੀ ਅਸੀਂ ਡਿਸਕਲੇਮਰ ਲਾਵਾਂਗੇ, ਲੀਗਲ ਪੁਆਇੰਟ ਆਫ ਵਿਊ ਤੋਂ
ਕਿਉਂਕਿ ਅਸੀਂ ਇਨਡੋਰਸ ਜਿਵੇਂ ਜਿੰਨੀ ਸਾਨੂੰ ਇਨਫੋਰਮੇਸ਼ਨ ਡੇਵਿਡ ਤੋਂ ਮਿਲੀ ਆ, ਹੈ ਨਾ, ਕਿਉਂਕਿ ਇਹ ਬੰਦਾ ਇਸ ਇੰਡਸਟਰੀ ਨੂੰ ਉਹਨੇ ਆਪਦੇ ਸਾਰੀ ਉਮਰ ਲਾਤੀ, 40-50 ਸਾਲ ਲਾਉਣੇ ਯਾਰ ਇੱਕ ਚੀਜ਼ ਲਈ, ਉਹ ਵੀ ਡਰੱਗ 'ਤੇ ਹੀ, ਉਹ ਵੀ ਡਰੱਗ ਨੂੰ ਅੱਡ ਅੱਡ ਐਂਗਲਸ ਤੋਂ ਦੇਖਣ ਲਈ। ਅਤੇ ਉਹਦੇ 'ਚ ਫਿਰ ਅਸੀਂ ਕਿ ਆਫ ਦਾ ਰੈਕਡ ਗੈਂਗਸ ਰਿਲੇਟਡ ਵੀ ਗੱਲਾਂ ਕੀਤੀਆਂ, ਵਿੱਚ ਫਿਰ ਗੈਂਗਸ ਕਿੱਦਾਂ ਬਣੇ, ਕੀ ਹੋਇਆ, ABCD ਜਿਹੜੀਆਂ ਸੀ ਉਹ ਥੋੜ੍ਹੀਆਂ ਚੀਜ਼ਾਂ ਕੌਨਫੀਡੈਂਸ਼ੀਅਲ ਆ, ਅਤੇ ਅਸੀਂ ਫਿਲਮ 'ਚ ਇੱਕ ਡਿਫਰੈਂਟ ਸੈਂਸ ਨਾਲ ਪਾਵਾਂਗੇ, ਵਾਹਿਗੁਰੂ ਸੁੱਖ ਰੱਖੇ ਜਦੋਂ ਫਿਲਮ ਬਣਾਵਾਂਗੇ ਉਹ, ਅਤੇ ਅਸੀਂ ਇਹਦੇ 'ਚ ਵੀ ਡਿਸਕਲੇਮਰ ਪਾਵਾਂਗੇ। ਉਹਦਾ ਰੀਜ਼ਨ ਇਹ ਆ ਵੀ ਅਸੀਂ ਚੀਜ਼ਾਂ ਡਾਇਰੈਕਟਲੀ ਇੰਡੋਰਸ ਨਹੀਂ ਕਰ ਸਕਦੇ, ਸਾਨੂੰ ਕੋਰਟ 'ਚ ਵੀ ਕੈਨੋਟ ਪਰੂਵ ਵੀ ਹਾਂ ਇਹ ਚੀਜ਼ਾਂ 100% ਨੇ, 99.99 ਹੋਵੇ ਤੱਕ ਅਸੀਂ ਲੱਗਦਾ ਵੀ ਸਾਨੂੰ ਇਹ ਸਹੀ ਨੇ। ਅਤੇ ਕਿਉਂਕਿ ਇਹਦੇ 'ਚ ਇਹ ਇੱਕ ਚੀਜ਼ ਦੀ ਸੈਂਸ ਹੁੰਦੀ ਹੈ, ਇੱਕ ਚੀਜ਼ ਦੀ ਆ ਤੁਸੀਂ ਡਿਕਲੇਅਰ ਕਰਨਾ, ਅਤੇ ਉਹ ਡਿਕਲੇਅਰ ਡੈਕਲਾਰੇਸ਼ਨ ਨਹੀਂ ਹੈਗੀ, ਇਹ ਸੈਂਸ ਪੁਆਇੰਟ ਆਫ ਵਿਊ ਤੋਂ ਆ, ਤੁਸੀਂ ਮਹਿਸੂਸ ਕਰ ਸਕਦੇ ਹੋ, ਤੁਸੀਂ ਦਿਖਾ ਨਹੀਂ ਸਕਦੇ। ਜਿਵੇਂ ਅਗਲਾ ਕਹਿੰਦਾ ਵੀ ਯਾਰ ਮੈਨੂੰ ਗਰਮੀ ਲੱਗਦੀ ਆ, ਉਹ ਕਹਿੰਦਾ ਯਾਰ ਕਿੱਥੇ ਲੱਗੀ ਗਰਮੀ ਦਿਖਾਈ ਤਾਂ, ਹੈ ਨਾ, ਤੁਸੀਂ ਉਹ ਮਹਿਸੂਸ ਕਰ ਸਕਦੇ ਹੋ, ਤੁਸੀਂ ਦਿਖਾ ਨਹੀਂ ਸਕਦੇ। ਉਵੇਂ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੇ ਮਹਿਸੂਸ ਕੀਤੀਆਂ ਅਤੇ ਇਹਨਾਂ ਨੇ ਦੇਖਿਆ ਅਤੇ ਇਹਨਾਂ ਨੇ ਐਨਾਲਾਈਜ਼ ਕੀਤਾ, ਅਤੇ ਅਸੀਂ ਇੱਕ ਐਜ਼ ਆ ਮਾਧਿਅਮ ਦਿਖਾਉਂਦੇ ਹਾਂ, ਅਸੀਂ ਇਹਨੂੰ ਐਜ਼ ਆ ਇਹ ਨਹੀਂ ਕਹਿ ਸਕਦੇ ਵੀ ਹਾਂ ਇਹ ਡੈਕਲਰੇਸ਼ਨ ਆ, ਵੀ ਹਾਂ ਜਿਵੇਂ ਹੁਣ ਆਪਾਂ ਕਹਿੰਦੇ ਵੀ ਧੁੱਪ ਚੜ੍ਹੀ ਆ, ਅਗਲਾ ਕਹਿੰਦਾ ਉਹਦੇ ਸੂਰਜ ਆ, ਉਹ ਇੱਕ ਕੋਰਟ 'ਚ ਪ੍ਰੂਵੇਬਿਲਿਟੀ ਚੀਜ਼ ਆ। ਅਤੇ ਗਰਮੀ ਲੱਗਦੀ, ਅਗਲਾ ਕਹਿੰਦਾ ਮੇਰੇ ਗਰਮੀ ਲੱਗੀ ਵੀ ਜੀ, ਉਹ ਤੁਸੀਂ ਪ੍ਰੂਵ ਨਹੀਂ ਕਰ ਸਕਦੇ ਜਿੱਥੇ ਤੱਕ ਮੈਨੂੰ ਲੱਗਦਾ। ਕਿ ਆਮ ਨੋਟ ਅ ਲੋਇਰ, ਮੈਂ ਵਕੀਲ ਨਹੀਂ ਹੈਗਾ, ਅਤੇ ਬਟ ਐਨੀਵੇਜ਼ ਅਸੀਂ ਇਹ ਪੋਡਕਾਸਟ ਕਰਾਂਗੇ ਅੱਗੇ, ਬਾਕੀ ਪਰਮਾਤਮਾ ਸੁੱਖ ਰੱਖੋ, ਦੇਖੋ ਕੀ ਹੁੰਦਾ ਆ, ਅਤੇ ਸਟੇ ਟਿਊਨਡ, ਅਤੇ ਪਲੀਜ਼ ਦੇਖਿਓ ਅਤੇ ਸ਼ੇਅਰ ਕਰਿਓ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੇ ਕਿਸੇ ਵੀ ਬੰਦੇ ਨੇ ਆਪਣਾ ਆਪਦੀ ਕੰਪਨੀ ਖੋਲ੍ਹਣੀ ਹੈ ਜਾਂ ਆਪਦੀ ਵੀਡੀਓ ਸ਼ੂਟ ਕਰਨੀ ਹੈ ਕਿਸੇ ਵੀ ਰਿਲੇਟਡ, ਉਹਨੇ ਆਡੀਸ਼ਨ ਲੈਣਾ, ਉਹਨੂੰ ਟੀਮ ਬਣਾਉਣੀ ਹੈ, ਤਾਂ ਉਹਦੇ ਰਿਲੇਟਡ ਸਾਡਾ ਜਿਹੜਾ ਆਡੀਸ਼ਨ ਫਾਰਮ ਆ ਜਾਂ ਟੀਮ ਜੁਆਇਨ ਟੀਮ ਫਾਰਮ ਆ, ਉਹ ਅਸੀਂ ਫ੍ਰੀ ਆਫ ਕੋਸਟ ਦੇ ਰਹੇ ਹਾਂ ਸਾਰਿਆਂ ਨੂੰ। ਕਿ ਉਹਦੇ 'ਚ ਕੀ ਹੋਊਗਾ, ਆਰਟਿਸਟ ਟਾਈਪ, ਪਰਸਨਲ ਡਿਟੇਲਸ, ਕੰਟੈਕਟ, ਐਕਸਪੀਰੀਅੰਸ, ਕਮੈਂਟਸ, ਅਟੈਚਮੈਂਟ, ਅਤੇ ਜੇ ਉਹਨੇ ਕੋਈ ਕੰਮ ਕੀਤਾ ਹੈ ਤਾਂ ਉਹਦੀਆਂ ਫੋਟੋ ਉਹ ਅਪਲੋਡ ਕਰ ਦੂਗਾ, ਅਤੇ ਤੁਸੀਂ ਸਾਰਾ ਤੁਹਾਨੂੰ ਐਕਸਪੋਰਟ ਮਾਰ ਕੇ ਦੇ ਦਾਂਗੇ, ਤੁਹਾਡੇ ਕੋਲ ਪ੍ਰਿੰਟਿੰਗ ਫਾਰਮ ਚੱਲ ਜੂਗਾ। ਅਤੇ ਹੋਰ ਜਾਣਕਾਰੀ ਲਈ ਪਲੀਜ਼ ਸਾਨੂੰ ਕੰਟੈਕਟ ਕਰੋ। ਸਤਿ ਸ਼੍ਰੀ ਅਕਾਲ।